ਮਾਨਸੂਨ ਕਾਰਨ ਦਿੱਲੀ ਵਾਸੀਆਂ ਨੂੰ ਮਿਲੀ ਤਾਜ਼ਾ ਤੇ ਸਾਫ਼ ਹਵਾ। ਮਾਨਸੂਨ ਦੇ ਆਗਾਜ਼ ਨਾਲ ਦਿੱਲੀ ਵਾਸੀਆਂ ਨੂੰ ਪਿਛਲੇ ਸਾਲ ਸਤੰਬਰ ਮਗਰੋਂ ਸਾਫ਼ ਤੇ ਤਾਜ਼ਾ ਹਵਾ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਹੈ। ਹਵਾ ਗੁਣਵੱਤਾ ਸੂਚਕ ਅੰਕ ਦਿੱਲੀ ਵਿੱਚ ਸੰਤੋਖਜਨਕ ਤੋਂ ਮੱਧਮ ਹਵਾ ਗੁਣਵੱਤਾ ਦਾ ਸੰਕੇਤ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।